ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 27 ਤਰੀਕ ਵੀਡੀਓ ਲੈ ਕੇ ਅਸੀਂ US ਮੀਡੀਆ ਕੈਨੇਡਾ ਵੱਲੋਂ ਹਾਜ਼ਰ ਹੋਏ ਹਾਂ। ਪਿਛਲੇ ਕੁਛ ਸਮੇਂ ਤੋਂ ਤੁਹਾਨੂੰ ਪਤਾ ਹੈ ਕਿ ਵੀਡੀਓ ਜਿੰਨੀ ਰਫ਼ਤਾਰ ਨਾਲ ਆਉਣੀਆਂ ਚਾਹੀਦੀਆਂ ਉਸ ਤਰ੍ਹਾਂ ਨਹੀਂ ਆ ਰਹੀਆਂ। ਉਹਦੇ ਤੁਹਾਨੂੰ ਬਹੁਤਿਆਂ ਨੂੰ ਕਾਰਨ ਪਤਾ ਵੀ ਹੈ, ਅਤੇ ਜਦੋਂ ਕਾਰਨ ਹੱਲ ਹੋ ਗਏ ਤਾਂ ਫਿਰ ਵੀਡੀਓ ਪਹਿਲਾਂ ਦੀ ਤਰ੍ਹਾਂ ਬਰਕਰਾਰ ਆਉਣਗੀਆਂ। ਜਿਨ੍ਹਾਂ ਵੀਰਾਂ ਨੂੰ ਉਹ ਕਾਰਨ ਹੱਲ ਕਰਨ ਦੀ ਜਾਂ ਜਾਣਨ ਦੀ ਲੋੜ ਆ, ਉਹ US ਮੀਡੀਆ ਕੈਨੇਡਾ ਨੂੰ ਡਾਇਰੈਕਟ ਫੋਨ ਕਰ ਸਕਦਾ ਔਰ ਕਾਰਨ ਜਿਹੜੇ ਹੱਲ ਕਰਨ ਦੇ ਵਿੱਚ ਸਹਾਇਤਾ ਕਰ ਸਕਦਾ। ਇਸ ਹੈਲਪ ਨੂੰ US ਮੀਡੀਆ ਕੈਨੇਡਾ ਬਹੁਤ ਟਾਈਮ ਤੋਂ ਤੁਹਾਡੇ ਤੋਂ ਸਭ ਤੋਂ ਮੰਗਦਾ, ਕਿਉਂਕਿ ਇੱਥੇ ਕੋਈ ਬਿਜ਼ਨਸ, ਕੋਈ ਐਡ ਵਗੈਰਾ ਨਹੀਂ ਚਲਾਈਆਂ ਜਾਂਦੀਆਂ। ਨਾ ਹੀ ਉਹ ਗੱਲ ਹੈ ਕਿ ਜੇ ਵਿਕਾਊ ਮੀਡੀਆ ਕਿਸੇ ਨਾ ਕਿਸੇ ਦੇਸ਼ ਦਾ, ਉਸ ਤਰ੍ਹਾਂ ਦਾ ਕੋਈ ਪੈਸਾ ਵਗੈਰਾ ਨਹੀਂ ਆਉਂਦਾ। ਇਹ ਇੱਕ ਫ੍ਰੀ ਵਾਇਸ, ਫ੍ਰੀ ਮੀਡੀਆ। ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਹਿੰਦੁਸਤਾਨ ਦੀਆਂ ਇਲੈਕਸ਼ਨ ਲੰਘ ਕੇ ਗਏ ਆ 2014 ਦੀਆਂ। ਇਲੈਕਸ਼ਨ ਤੋਂ ਪਹਿਲਾਂ US ਮੀਡੀਆ ਕੈਨੇਡਾ ਨੇ 2 ਵੀਡੀਓ ਪਾਈਆਂ ਸੀ। ਇੱਕ ਵੀਡੀਓ ਅਸੀਂ ਪਬਲਿਕ ਕੀਤੀ ਸੀ, ਇੱਕ ਵੀਡੀਓ ਅਸੀਂ ਪਬਲਿਕ ਨਹੀਂ ਸੀ ਕੀਤੀ, ਕਿਉਂਕਿ ਇਸ ਵਕਤ ਇਲੈਕਸ਼ਨ ਦੇ ਟਾਈਮ ਇੰਨਾ ਕੰਮ ਗੁੰਝਲਾ ਹੋ ਚੁੱਕਾ ਸੀ। ਸਾਡੇ ਆਪਣੇ ਭਰਾਵਾਂ ਨੂੰ ਕੁਝ ਵੱਖਰਾ ਜਿਹਾ ਸੁਪਨਾ ਆਉਣਾ ਸਟਾਰਟ ਹੋ ਗਿਆ। ਉਹੀ ਹਰ ਗੱਲ ਤੇ ਕਹਿੰਦੇ ਸੀ ਕਿ ਗੱਲ ਨਾ ਕੀਤੀ ਜਾਵੇ, ਦੂਜੇ ਨਾਲ ਤਮ ਨਾ ਗੁੱਸੇ ਹੋ ਜੇ, ਹਮ ਨਾ ਗੁੱਸੇ ਹੋ ਜੇ, ਆਪ ਨਾ ਗੁੱਸੇ ਹੋ ਜੇ, ਇਹ ਨਾ ਗੁੱਸੇ ਹੋ ਜੇ। ਉਹਨਾਂ ਵਿਚਾਰਿਆਂ ਭਰਾਵਾਂ ਨੇ ਪਤਾ ਨਹੀਂ ਉਹਨਾਂ ਨੂੰ ਕਿੱਦਾਂ ਦਾ ਸੁਪਨਾ ਆਇਆ ਸੀ, ਸੁਪਨਾ ਦੇਖਿਆ ਬਹੁਤ ਵੱਡਾ ਕਿ ਹੁਣ ਹਿੰਦੁਸਤਾਨ ਦੇ ਵਿੱਚ ਸਾਰਾ ਕੁਛ ਕਲੀਨ ਹੋ ਜੂਗਾ। ਹਿੰਦੁਸਤਾਨ ਦੇ ਅੰਦਰ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਕੋਈ ਸਿੱਖਾਂ ਦਾ ਕਤਲ ਕਰਦੀ ਹੈ ਤਾਂ ਕੋਈ ਮੁਸਲਮਾਨਾਂ ਦਾ ਕਤਲ ਕਰਦੀ ਹੈ, ਉਹ ਖਤਮ ਹੋ ਜਾਣਗੀਆਂ, ਉਹਨਾਂ ਦੇ ਰਾਜ ਖਤਮ ਹੋ ਜਾਣਗੇ। ਹੁਣ ਇਹ ਭਾਰਤ ਮਾਤਾ ਬੜੀ ਚੱਕੂ ਵੀ ਦੁਨੀਆਂ ਤੇ ਉਹ ਵਿਚਾਰਾਂ ਦੀਆਂ, ਚਲੋ ਅਸੀਂ ਵੀ ਉਹਨਾਂ ਭਰਾਵਾਂ ਦੇ ਨਾਲ ਖੜੇ ਹਾਂ, ਕਿਉਂਕਿ ਕੁਛ ਨਾ ਕੁਛ ਚੰਗਾ ਤਾਂ ਸੋਚਦੇ ਆ ਸਾਰੇ। ਇਸ ਕਰਕੇ ਅਸੀਂ ਇੱਕ ਵੀਡੀਓ ਜਿਹੜੀ ਪੋਸਟ ਨਹੀਂ ਸੀ ਕੀਤੀ, ਔਰ ਉਹ ਵੀਡੀਓ ਜਿਹੜੀ ਸੀ ਪਾ ਕੇ ਰੱਖੀ ਹੋਈ ਸੀ, ਉਹਦੇ ਵਿੱਚ 95% ਜੋ ਅਸੀਂ ਗੱਲਾਂ ਕੀਤੀਆਂ ਉਹ ਹਿੰਦੁਸਤਾਨ ਦੇ ਇਸ ਇਲੈਕਸ਼ਨ ਦੇ ਵਿੱਚ ਸੱਚ ਸਾਬਤ ਹੋਈਆਂ। ਸਿਰਫ ਥੋੜ੍ਹਾ ਜਿਹਾ ਪੰਜਾਬ ਦੇ ਪਾਰਟ ਵਿੱਚ ਥੋੜ੍ਹਾ ਜਿਹਾ ਰੱਦੋ ਬਦਲ ਆਈ ਹੈ, ਉਹਦੀ ਵੀ ਆਪਾਂ ਗੱਲ ਕਰਦੇ ਹਾਂ। ਜਿਹੜਾ ਹੁਣ ਪ੍ਰਾਈਮ ਮਿਨਿਸਟਰ ਬਣਿਆ ਹਿੰਦੁਸਤਾਨ ਦਾ, ਮਿਸਟਰ ਮੋਦੀ, ਜਿਹੜਾ ਕਿ RSS ਦੀ ਪੈਦਾਇਸ਼ ਹੈ ਔਰ RSS ਦੀ ਸੋਚ ਹੈ, ਔਰ ਹਿੰਦੁਸਤਾਨ ਜੋ ਭਾਰਤ ਜੋ ਹਿੰਦੁਸਤਾਨ ਬਣਿਆ, ਜਿਸ ਨੂੰ ਹਿੰਦੁੱਤਵੀ ਲੋਕ ਇੱਕ ਹਿੰਦੂ ਕੰਟਰੀ ਬਣਾਉਣਾ ਚਾਹੁੰਦੇ ਨੇ, ਉਸਦੇ ਲਈ ਉਹ ਅੱਗੇ ਆਇਆ। ਹੁਣ ਦੇਖੋ, ਅਸੀਂ ਇਹ ਗੱਲ ਕਹੀ ਸੀ ਕਿ BJP ਦੀ ਗੌਰਮੈਂਟ ਉੱਥੇ 100% ਆਉਣ ਵਾਲੀ ਹੈ, ਔਰ ਅਸੀਂ ਇਹ ਵੀ ਕਿਹਾ ਸੀ ਕਿ 70% ਉਹ ਮੈਜੋਰਿਟੀ ਲੈ ਕੇ ਆਊਗੀ। ਪਰ ਬਹੁਤੇ ਲੋਕ ਹੱਸਦੇ ਸੀ ਇਹਨਾਂ ਗੱਲਾਂ ਦੇ ਉੱਪਰ, ਪਰ ਇਸੇ ਤਰ੍ਹਾਂ ਹੀ ਹੋਇਆ। ਤਾਂ ਦਿੱਲੀ ਦੀ ਸੀਟਾਂ ਬਾਰੇ ਗੱਲਬਾਤ ਹੋਈ ਸੀ, ਉਹਦੇ ਬਾਰੇ ਵੀ ਅਸੀਂ ਕਿਹਾ ਸੀ ਕਿ ਜੋ ਕੁਛ ਪਹਿਲਾਂ ਕ੍ਰਿਸ਼ਮਾ ਹੋਇਆ, ਇਹ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਕ੍ਰਿਸ਼ਮੇ ਪਹਿਲਾਂ ਵੀ ਬਹੁਤ ਵਾਰ ਹੋਏ, ਉਹ ਪਰਖਣਾ ਚਾਹੁੰਦੇ ਨੇ ਕੁਝ ਲੋਕਾਂ ਨੂੰ। ਅਸੀਂ ਉਹ ਗੱਲਾਂ ਸੱਚੀਆਂ ਦੱਸੀਆਂ ਸੀ ਕਿ ਹੁਣ ਉਹ ਕੁਛ ਨਹੀਂ ਹੋਣਾ ਜੋ ਵਿਧਾਨ ਸਭਾ ਦੇ ਇਲੈਕਸ਼ਨ ਦੇ ਟਾਈਮ ਹੋਇਆ। ਇਸੇ ਟਾਈਮ ਹੁਣ ਭਰਾਵਾਂ ਨੂੰ ਵੀ ਪਤਾ ਲੱਗ ਜਾਣਾ ਚਾਹੀਦਾ, ਜੋ ਪੰਜਾਬ ਵਿੱਚ ਲੋਕ ਸਭਾ ਦੇ ਟਾਈਮ ਹੋਇਆ ਉਹ ਵਿਧਾਨ ਸਭਾ 'ਚ ਨਹੀਂ ਹੋਣਾ, ਮੰਨਣਾ ਨਹੀਂ ਇਹਨਾਂ ਲੋਕਾਂ ਨੇ। ਪਰ ਕੁਝ ਕੁ ਜਿਹੜੀਆਂ ਗੱਲਾਂ ਹੋਣ ਵਾਲੀਆਂ ਸੀ ਜਦੋਂ ਅਸੀਂ ਦੱਸਦੇ ਸੀ, ਤਾਂ ਕੁਝ ਲੋਕ ਇਹ ਕਹਿ ਰਹੇ ਸੀ ਜੀ ਇਹ ਇੱਕ ਭਾਈ ਸਾਹਿਬ ਸਾਡੇ ਸ਼ਹਿਰ ਦੇ, ਉਹ ਤਾਂ ਲੈ ਹੀ ਗਏ ਜੀ ਇਹ BJP ਨੂੰ ਸਪੋਰਟ ਕਰਦੇ ਆ। ਦੇਖੋ ਹੁਣ ਪਤਾ ਲੱਗ ਗਿਆ ਹੋਣਾ ਕਿ BJP ਦੀ ਸਪੋਰਟ ਕੌਣ ਕਰਦਾ। ਅਸੀਂ ਤਾਂ ਨਾ ਵੋਟਾਂ ਪਾਉਣ ਦੇ ਹੱਕ 'ਚ ਹਾਂ, ਨਾ ਵੋਟਾਂ ਪਾਉਣ ਉੱਥੇ ਜਾਂਦੇ ਹਾਂ। ਇਹੀ ਭਾਈ ਉੱਥੇ ਵੋਟਾਂ ਪਾਉਣ ਗਏ ਹੋਣਗੇ, ਇਹਨਾਂ ਨੇ ਫੋਨ ਕਰਕੇ ਕਿਹਾ ਵੀ ਹੋਊਗੇ ਵੋਟਾਂ ਇਹਨੂੰ ਪਾਇਓ ਉਹਨੂੰ ਪਾਇਓ, ਅਤੇ ਸਰਕਾਰ ਕਿਹਦੀ ਬਣੀ ਹੈ ਹਿੰਦੁਸਤਾਨ ਦੇ ਵਿੱਚ BJP ਦੀ। ਕੋਈ ਗੱਲ ਸੱਚੀ ਕਹਿ ਦੇਣਾ ਜੋ ਹੋਣ ਵਾਲੀ ਹੈ, ਕਿਸੇ ਦਾ ਐਕਸਪੀਰੀਅੰਸ ਹੈ, ਕਿਸੇ ਨੂੰ ਪਤਾ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੰਦਾ ਉਸਦਾ ਸਪੋਰਟਰ ਹੈ ਅਤੇ ਦੂਸਰੇ ਦਾ ਵਿਰੋਧੀ ਹੈ।
ਅਸੀਂ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਵਿਰੋਧੀ ਨਹੀਂ ਸੀ ਨਾ ਹਾਂ, ਕਿਉਂਕਿ ਉਹ ਬਹੁਤ ਚੰਗੇ ਕੰਮ ਚੰਗੀਆਂ ਗੱਲਾਂ ਕਰਦੇ ਸੀ ਔਰ ਕੀਤੀਆਂ ਵੀ ਔਰ ਕਰਨ ਦੇ ਲਈ ਤੁਰੇ ਵੀ ਸੀ। ਪਰ ਜੋ ਅਸੀਂ ਕਿਹਾ ਸੀ ਕਿ ਇਹ ਸਿਸਟਮ ਕੇਜਰੀਵਾਲ ਦਾ ਹਿੰਦੁਸਤਾਨ ਦੇ ਵਿੱਚ ਫਿੱਟ ਨਹੀਂ ਬੈਠਦਾ, ਇਹ ਨਹੀਂ ਚੱਲਣਾ ਇੱਥੇ, ਕਿਉਂਕਿ ਜਿੱਥੇ ਲੋਕ ਕਰਪਟ ਹੋਣ, ਜਿੱਥੇ ਜੁਡੀਸ਼ਰੀ ਕਰਪਟ ਹੋਵੇ, ਜਿੱਥੇ ਪੋਲੀਟੀਕਲ ਪਾਰਟੀਆਂ ਕਰਪਟ ਹੋਣ, ਇਹ ਗੱਲਾਂ ਕਹੀਆਂ ਅਸੀਂ ਪਿਛਲੇ ਵੀਡੀਓ 'ਚ, ਕੱਢ ਕੇ ਦੇਖ ਲਿਓ ਕਿ ਉੱਥੇ ਨਹੀਂ ਚੱਲਣਾ। ਉਹੀ ਗੱਲ ਹੋਈ ਹੈ ਕਿ ਬੀਜੇਪੀ 282-83 ਸੀਟਾਂ ਲੈ ਜਾਂਦੀ ਹੈ। ਹੁਣ ਇਹਦੇ ਵਿੱਚ ਦੋ ਤਿੰਨ ਗੱਲਾਂ ਆ ਜਾਂਦੀਆਂ, ਬਾਹਰ ਆ ਚੁੱਕਿਆ ਕਿ ਮਸ਼ੀਨਾਂ ਦੇ ਵਿੱਚ ਕਿਸ ਤਰ੍ਹਾਂ ਹੇਰਾਫੇਰੀ ਹੁੰਦੀ ਹੈ। ਅਸੀਂ ਦੱਸਿਆ ਸੀ ਕਿ ਮਸ਼ੀਨਾਂ ਜਿਨ੍ਹਾਂ ਕੰਟਰੀਆਂ ਨੇ ਬਣਾਈਆਂ, ਅਮੈਰੀਕਾ ਹੋਵੇ ਜਾਂ ਜਪਾਨ ਹੋਵੇ, ਉਹ ਕਦੇ ਇਹਨਾਂ ਮਸ਼ੀਨਾਂ ਨੂੰ ਯੂਜ਼ ਨਹੀਂ ਕਰਦੇ, ਅਤੇ ਕਰਪਟ ਲੋਕ ਜਿਹੜੇ 50 ਰੁਪਈਆਂ ਦਾ ਲੋਨ ਵੇਚਣ ਦੇ ਵਿੱਚ ਵੀ ਕਰਪਸ਼ਨ ਕਰਦੇ ਨੇ, ਇਹ ਲੋਕ ਉਹਨੂੰ ਯੂਜ਼ ਕਰਦੇ ਨੇ, ਉੱਥੇ ਕਿਵੇਂ ਠੀਕ ਹੋ ਜੂਗਾ? ਹੁਣ ਮਸ਼ੀਨਾਂ ਵੀ ਉੱਥੇ ਹੋਈਆਂ, ਪਰ ਸਭ ਤੋਂ ਵੱਡਾ ਜਿਹੜਾ ਕਾਰਨ ਇਹਨਾਂ ਇਲੈਕਸ਼ਨ ਦੇ ਵਿੱਚ ਹੈ ਉਹ ਹੈ ਕਿ ਹਿੰਦੂ ਏਜੰਡਾ। ਜਿਹੜਾ ਹਿੰਦੂ ਏਜੰਡਾ ਬੀਜੇਪੀ ਨੇ, ਆਰ ਐੱਸ ਐੱਸ ਨੇ ਉਸ ਟਾਈਮ ਤੋਂ ਸਟਾਰਟ ਕੀਤਾ ਹੋਇਆ, ਜਿਸ ਟਾਈਮ ਬੀਜੇਪੀ ਕੋਲ 2 ਸੀਟਾਂ ਹੁੰਦੀਆਂ ਸੀ, ਪਰ ਅੱਜ 282-83 ਸੀਟਾਂ ਲੈ ਕੇ ਉਹ ਸਟਰੋਂਗ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ ਔਰ ਹਿੰਦੁਸਤਾਨ ਦੇ ਉੱਪਰ ਰਾਜ ਕਰਦੀ ਹੈ। ਔਰ ਆਰ ਐੱਸ ਐੱਸ ਨੇ ਆਪਣੇ ਬੰਦੇ ਇਕੱਲੇ ਬੀਜੇਪੀ ਦੇ ਵਿੱਚ ਫਿੱਟ ਨਹੀਂ ਕੀਤੇ, ਉਹਨਾਂ ਨੇ ਕਾਂਗਰਸ ਦੇ ਵਿੱਚ ਵੀ ਫਿੱਟ ਕੀਤੇ, ਬਾਕੀ ਕਈ ਪਾਰਟੀਆਂ ਦੇ ਵਿੱਚ ਫਿੱਟ ਕੀਤੇ, ਜੁਡੀਸ਼ਰੀ ਦੇ ਵਿੱਚ ਫਿੱਟ ਕੀਤੇ, ਹਰ ਸਿਸਟਮ ਔਰ ਮੀਡੀਆ ਦੇ ਵਿੱਚ ਫਿੱਟ ਕੀਤੇ। ਹੁਣ ਦੇਖਣ ਵਾਲੀ ਗੱਲ ਹੈ ਕਿ ਜਦੋਂ ਆਮ ਆਦਮੀ ਪਾਰਟੀ ਕੇਜਰੀਵਾਲ ਗਰੁੱਪ ਜਦੋਂ ਇਹਨਾਂ ਦੇ ਨਾਲ ਅੰਨਾ ਜਾ ਵੀ ਉਹ ਵੀ ਨਾਲ ਹੀ ਸੀ, ਹੋਰ ਵੀ ਇੱਕ ਪੁਲਿਸ ਕਮਿਸ਼ਨਰ ਆ ਹੁਣ ਬੀਜੇਪੀ 'ਚ ਵਰਗੀ ਆ ਉਹ ਵੀ ਨਾਲ ਸੀ, ਇੱਕ ਬਾਬਾ ਵੀ ਨਾਲ ਸੀ ਜਿਹੜਾ ਬੁੜੀਆਂ ਦੇ ਕੱਪੜੇ ਪਾ ਕੇ ਭੱਜਿਆ, ਜਦੋਂ ਕਹਿੰਦੇ ਸੀ ਕਿ ਭਾਰਤ ਮਾਤਾ ਨੂੰ ਅਸੀਂ ਕਲੀਨ ਕਰ ਦੇਣਾ, ਕਰਪਸ਼ਨ ਹਟਾ ਦੇਣੀ ਹੈ, ਉਦੋਂ ਮੀਡੀਆ ਵੀ ਇਹਨਾਂ ਦੇ ਨਾਲ ਤੁਰਿਆ ਫਿਰਦਾ ਸੀ, ਹਾਂਜੀ ਬਹੁਤ ਵਧੀਆ ਪਾਰਟੀ ਆ ਗਈ ਆ, ਹੁਣ ਤਾਂ ਹਿੰਦੁਸਤਾਨ ਬਸ 10-12 ਸਾਲਾਂ 'ਚ ਇਹ ਹੋਜੂ ਉਹ ਹੋਜੂ। ਅਤੇ ਉਦੋਂ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਨੇ ਬਿਆਨ ਵੀ ਦਿੱਤਾ ਸੀ ਕਿ 25% ਆਰ ਐੱਸ ਐੱਸ ਦੇ ਵਰਕਰ ਵੀ ਸਾਨੂੰ ਸਪੋਰਟ ਕਰਦੇ ਨੇ। ਕਹਿਣ ਦਾ ਮਤਲਬ ਕਿ ਆਰ ਐੱਸ ਐੱਸ ਹਰ ਇੱਕ ਜਗ੍ਹਾ ਵੜ ਚੁੱਕੀ ਹੈ, ਮੀਡੀਆ ਹੋਵੇ, ਜੁਡੀਸ਼ਰੀ ਹੋਵੇ, ਪੋਲੀਟੀਕਲ ਪਾਰਟੀਆਂ ਹੋਣ, ਇਸ ਕਰਕੇ ਜਿਹੜਾ ਹਿੰਦੂ ਏਜੰਡਾ ਹੈ ਉਹ ਉਸ ਟਾਈਮ ਤੋਂ ਹੀ ਲਾਗੂ ਹੋ ਰਿਹਾ ਜਦੋਂ ਇੱਥੇ ਕਾਂਗਰਸ ਪਾਰਟੀ ਸੀ। ਕਾਂਗਰਸ ਪਾਰਟੀ ਕਿਸ ਤਰ੍ਹਾਂ ਖਤਮ ਹੋਈ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੈ, ਔਰ ਬੀਜੇਪੀ ਕਿਸ ਤਰ੍ਹਾਂ ਸਟਰੋਂਗਲੀ ਹਿੰਦੁਸਤਾਨ ਦੀ ਉਸ ਪਾਵਰ ਦੇ ਉੱਪਰ ਆਈ ਹੈ, ਜਿਸ ਪਾਵਰ ਨੇ ਇਹ ਹਿੰਦੂ ਤਵੀ ਲੋਕਾਂ ਦਾ ਹਿੰਦੂ ਏਜੰਡਾ ਜਿਹੜਾ ਹਿੰਦੀ ਹਿੰਦੂ ਹਿੰਦੁਸਤਾਨ ਕਹਿੰਦੇ ਨੇ ਉਸ ਨੂੰ ਇਹਨਾਂ ਨੇ ਲਾਗੂ ਕਰਨਾ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਏਡੀ ਛੇਤੀ ਲਾਗੂ ਕਰਨ ਵਾਲੇ ਨਹੀਂ ਹੈ, ਇਹ ਬੜੇ ਸਮਝਦਾਰ ਲੋਕ ਨੇ, ਇਹ ਸਾਡੇ ਵਰਗੇ ਨਹੀਂ ਹੈ ਕਿਤੇ ਇੱਧਰ ਨੂੰ ਭੱਜ ਪਏ ਕਿਤੇ ਉੱਧਰ ਨੂੰ ਭੱਜ ਪਏ, ਆ ਮਨਪ੍ਰੀਤ ਆ ਗਿਆ ਉਹਦੇ ਮਗਰ ਭੱਜ ਪਏ, ਦੂਜਾ ਆ ਗਿਆ ਉਹਦੇ ਮਗਰ ਭੱਜ ਪਏ, ਇਹ ਬੜੇ ਸਮਝਦਾਰ ਲੋਕ ਨੇ। ਹੁਣ ਇਹਨਾਂ ਨੇ ਪਹਿਲੇ 2-2.5 ਸਾਲ ਆਪਣੇ ਬੰਦੇ ਜਿਹੜੇ ਮਹਿਕਮੇ ਨੇ, ਜਿਸ ਮਹਿਕਮੇ ਵਿੱਚ ਵੀ ਕਿਤੇ ਵੀ ਹੈ ਜਿੱਥੇ ਇਹਨਾਂ ਦਾ ਬੰਦਾ ਨਹੀਂ, ਇਹਨਾਂ ਨੇ ਫਿੱਟ ਕਰਨੇ ਨੇ। ਔਰ ਤੁਸੀਂ ਦੇਖਿਆ ਹੀ ਹੈ ਕਿ ਆਉਂਦੇ ਹੀ ਉਹਨਾਂ ਨੇ ਮਿਸਟਰ ਕੇਜਰੀਵਾਲ ਨੂੰ ਕਿਸ ਤਰ੍ਹਾਂ ਜੁਡੀਸ਼ਰੀ ਦੇ ਧੱਕੇ ਰਾਹੀਂ ਫੜ ਕੇ ਜੇਲ੍ਹ ਦੇ ਵਿੱਚ ਕੀਤਾ, ਔਰ ਕੋਈ ਵੀ ਆਮ ਆਦਮੀ ਪਾਰਟੀ ਦਾ ਕਿਤੇ ਪਿੰਦਾ ਨਹੀਂ ਕੁਛ ਗਿਆ। ਅਸੀਂ ਦੇਖਦੇ ਸੀ ਜੀ ਕਿਸ ਤਰ੍ਹਾਂ ਲੱਖਾਂ ਲੋਕ ਗੱਡੀਆਂ 'ਤੇ ਨਿਕਲ ਕੇ ਆ ਰਹੇ ਨੇ, ਉੱਥੇ ਜੀ 12 ਵਾਰਾਂਸੀ 'ਚ ਇਹ ਹੋ ਗਿਆ, ਉੱਥੇ ਜੀ ਟ੍ਰੈਫਿਕ ਜਾਮ ਹੋ ਗਿਆ, ਇੱਧਰ ਗੱਡੀਆਂ ਆ ਗਈਆਂ, ਉੱਧਰ ਗੱਡੀਆਂ ਆ ਗਈਆਂ, ਸਾਰਾ ਹਿੰਦੁਸਤਾਨ ਹੁਣ ਆਮ ਆਦਮੀ ਪਾਰਟੀ ਦੇ ਨਾਲ ਤੁਰ ਪਿਆ। ਅਤੇ ਉੱਥੇ ਵੈਬਸਾਈਟ ਦੇਖਦੇ ਸੀ ਕਿਸ ਤਰ੍ਹਾਂ 2 ਚਪੇੜਾਂ ਪੈਂਦੀਆਂ ਸੀ ਕੇਜਰੀਵਾਲ ਨੂੰ, ਅਤੇ ਲੱਖਾਂ ਰੁਪਈਆ ਡੋਨੇਟ ਆ ਜਾਂਦਾ ਸੀ, ਬਾਹਰ ਵੀ ਬੜੇ ਲੋਕ ਬੈਠੇ ਤੇ ਇੱਥੇ ਪਿਕਅਪ 'ਤੇ ਵੀ ਕਈ ਲਾਈ ਫਿਰਦੇ ਸੀ ਪਿੱਛੇ, ਅੱਜ ਉਹ ਕਿੱਥੇ ਨੇ ਭਾਈ, ਕੋਈ ਨਹੀਂ ਬੋਲਦਾ। ਮਿਸਟਰ ਕੇਜਰੀਵਾਲ ਅੰਦਰ ਗਿਆ ਤਾਂ ਉਹਨਾਂ ਦਾ ਹੱਕ ਬਣਦਾ ਸੀ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਇਕੱਠੇ ਹੋ ਕੇ ਇਹ ਹਿੰਦੁਸਤਾਨ ਦੀ ਜਿਹੜੀ ਜੁਡੀਸ਼ਰੀ ਹੈ, ਜੁਡੀਸ਼ਰੀ ਨੇ ਧੱਕਾ ਕੀਤਾ, ਮੋਦੀ ਨੇ ਫੜ ਕੇ ਨਹੀਂ ਅੰਦਰ ਕੀਤਾ, ਜੁਡੀਸ਼ਰੀ ਹੁਣ ਮੋਦੀ ਦੇ ਹੱਥ ਵਿੱਚ ਹੈ, ਕਿਸ ਟਾਈਮ ਕਾਂਗਰਸ ਦੇ ਹੱਥ ਸੀ। ਅਸਲ ਵਿੱਚ ਤਾਂ ਬੀਜੇਪੀ ਪਾਵਰ ਵਿੱਚ ਨਾ ਹੋਣ ਦੇ ਬਾਵਜੂਦ ਵੀ ਜਿਹੜੀ ਜੁਡੀਸ਼ਰੀ ਹੈ ਉਹਨਾਂ ਦੇ 50% ਹੱਥ ਵਿੱਚ ਸੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸ ਵੱਲੋਂ ਵੱਖ ਵੱਖ ਪਾਰਟੀਆਂ ਉਹਨਾਂ ਦੇ ਖਿਲਾਫ ਕਈ ਐਕਸ਼ਨ ਲਏ ਗਏ, ਕਾਫੀ ਬਿਆਨ ਵੀ ਆਏ, ਅਸੀਂ ਇਨਕੁਆਇਰੀ ਕਰਾਂਗੇ, ਇਹ ਕਿਉਂ ਕਿਹਾ ਉਹ ਕਿਉਂ ਕਿਹਾ। ਅਤੇ ਜਦੋਂ ਮੋਦੀ ਹਿੰਦੂਆਂ ਨੂੰ ਭੜਕਾਉਂਦਾ, ਗਾਂ ਦੇ ਮੀਟ ਦੀਆਂ ਗੱਲਾਂ ਕਰਦਾ, ਅਤੇ ਉਦੋਂ ਉੱਥੇ ਕੋਈ ਐਕਸ਼ਨ ਨਹੀਂ ਹੁੰਦਾ ਮੋਦੀ ਦੇ ਖਿਲਾਫ, ਉਹ ਸਾਰੇ ਪਹਿਲਾਂ ਹੀ ਰਲੇ ਮਿਲੇ ਹੋਏ ਨੇ। ਪਰ ਹੁਣ ਉਹਨਾਂ ਨੇ ਬੜਾ ਇਹ ਜਿਹੜਾ ਇੱਕ ਐਕਸ਼ਨ ਕੀਤਾ ਹੈ, ਜਿਸ ਤਰ੍ਹਾਂ ਕੇਜਰੀਵਾਲ ਨੂੰ ਫੜ ਕੇ ਅੰਦਰ ਕੀਤਾ, ਔਰ ਸਾਰੇ ਲੋਕ ਜਿਹੜੇ ਡਰ ਗਏ ਨੇ ਵੱਖ ਵੱਖ ਦੇਸ਼ਾਂ ਵਿੱਚ ਰੌਲਾ ਪਾਉਣ ਵਾਲੇ, ਜਿਨ੍ਹਾਂ ਵਿਚਾਰਿਆਂ ਨੂੰ ਇਹ ਸੁਪਨਾ ਸੀ ਕਿ ਹਿੰਦੁਸਤਾਨ ਕਲੀਨ ਹੋ ਜੂਗਾ, ਅੱਜ ਕਿਤੇ ਵੀ ਕੋਈ ਕੁਸਕਦਾ ਨਜ਼ਰ ਨਹੀਂ ਆਉਂਦਾ। ਇਹੀ ਡਰ, ਇਹੀ ਖੌਫ, ਇਹੀ ਜੋ ਕੁਛ ਹੋਣਾ ਸੀ ਸਾਨੂੰ ਪਹਿਲਾਂ ਪਤਾ ਸੀ, ਅਸੀਂ ਪਹਿਲਾਂ ਦੱਸਦੇ ਸੀ, ਪਰ ਸਾਡੇ ਕੁਝ ਭਰਾ
ਸਾਡੇ ਖਿਲਾਫ ਹੀ ਹੋਤ ਰਹੇ ਸੀ ਕਿ ਜੀ ਇਹ ਪਤਾ ਨਹੀਂ ਬੀਜੇਪੀ ਦੀ ਸਪੋਰਟ ਕਰਦੇ ਆ, ਕੇਜਰੀਵਾਲ ਦੇ ਉਲਟਾ। ਦੇਖੋ ਸਾਡੇ ਲਈ ਕੇਜਰੀਵਾਲ ਹੋਵੇ, ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ, ਜੋ ਹਿੰਦੁਸਤਾਨ ਨੂੰ ਕਲੀਨ ਕਰਨਾ ਚਾਹੁੰਦੇ ਨੇ, ਹਿੰਦੁਸਤਾਨ ਨੂੰ ਸਟਰੋਂਗ ਕਰਨਾ ਚਾਹੁੰਦੇ ਨੇ, ਉਹ ਸਾਡੇ ਲਈ ਸਾਰੇ ਘਾਤਕ ਨੇ। ਹੁਣ ਦੇਖਣ ਵਾਲੀ ਗੱਲ ਹੈ ਕਿ ਮਿਸਟਰ ਕੇਜਰੀਵਾਲ ਨੇ ਉਹ ਸਭ ਕੁਝ ਕਰ ਲਿਆ ਜੋ ਪੰਜਾਬ ਦੇ ਵਿੱਚ ਲੋਕਾਂ ਨਾਲ ਧੱਕਾ ਹੋਇਆ, ਉਹਨਾਂ ਗੱਲਾਂ ਤੋਂ ਦੂਰ ਰਹਿੰਦਿਆਂ ਹੋਇਆਂ ਥੋੜ੍ਹੀਆਂ ਬਹੁਤੀਆਂ ਗੱਲਾਂ ਕੀਤੀਆਂ, ਮੰਨਦੇ ਹਾਂ ਅਸੀਂ, ਧੰਨਵਾਦ ਕਰਦੇ ਹਾਂ ਉਹਨਾਂ ਦਾ। ਉਹਨਾਂ ਨੇ ਜਿਹੜੀ ਇਹਨਾਂ ਦੀ ਜਿਹੜੀ ਪਵਿੱਤਰ ਕੋਈ ਨਦੀ ਕਹਿੰਦੇ ਨੇ, ਪਵਿੱਤਰ ਕਿਤੇ ਕਹਿੰਦੇ ਹੁੰਦੇ ਜੀ, ਉੱਥੇ ਇੱਕ ਸਾਹ ਦਾ ਪੰਜਾਬ ਦਾ, ਉਹਨੂੰ ਸਾਫ਼ ਕਰਨ ਲੱਗਾ ਹੋਵੇ ਅਤੇ ਗੰਦ ਬੜਾ ਪੈ ਗਿਆ, ਚਲੋ ਜਿੱਦਾਂ ਦੀ ਵੀ ਹੈਗੀ ਹੈ, ਉਹਦੇ ਵਿੱਚ ਚੁੱਭੀ ਮਾਰੀ ਹੈ। ਕੇਜਰੀਵਾਲ ਨੇ ਟਿੱਕਾ ਵੀ ਲਾ ਲਿਆ, ਗਾਂਧੀ ਵਾਲੀ ਕਿਸ਼ਤੀ ਟੋਪੀ ਵੀ ਸੱਤੇ ਮੁੱਦੇ ਮਾਰ ਲਈ, ਔਰ ਹਰ ਉਹ ਗੱਲ ਕੀਤੀ ਜੋ ਹਿੰਦੂਆਂ ਨੂੰ ਚੰਗੀ ਲੱਗਦੀ ਸੀ, ਚਾਹੇ ਉਹ ਭਾਰਤ ਮਾਤਾ ਕੀ ਜੈ ਹੋਵੇ, ਚਾਹੇ ਬੰਦੇ ਮਾਤਰਮ ਦੀ ਜੈ ਹੋਵੇ। ਔਰ ਮਿਸਟਰ ਕੇਜਰੀਵਾਲ ਖੁਦ ਵੀ ਹਿੰਦੂ ਫੈਮਿਲੀ ਨੂੰ ਇੱਕ ਨੂੰ ਬਿਲੋਂਗ ਕਰਦੇ ਸੀ, ਔਰ ਹਿੰਦੁਸਤਾਨ ਦੇ ਲਈ ਉਹਨਾਂ ਨੇ ਸਭ ਚੰਗੀਆਂ ਗੱਲਾਂ ਕੀਤੀਆਂ ਵੀ ਇਸ ਨੂੰ ਕਿਸ ਤਰ੍ਹਾਂ ਅਸੀਂ ਸਟਰੋਂਗ ਬਣਾਉਣਾ। ਪਰ ਫਿਰ ਵੀ ਦੇਖੋ ਕਿ ਜਿਹੜੀ ਹਿੰਦੂ ਸੋਚ ਹੈ, ਹਿੰਦੁਸਤਾਨ ਦੀ ਹਿੰਦੂ ਸੋਚ, ਉਹਨਾਂ ਨੇ ਕੇਜਰੀਵਾਲ ਨੂੰ ਵੋਟ ਕੋਈ ਨਹੀਂ ਪਾਈ। ਜਗਿੰਦਰ ਯਾਦਵ ਹੋਵੇ, ਕੇਜਰੀਵਾਲ ਹੋਵੇ, ਜਿਹੜੇ ਇਹ ਦੋ ਲੀਡਰ ਸਿਟੂਮੈਂਟ ਸ਼ੋ ਬੁਰੀ ਤਰ੍ਹਾਂ ਹਾਰ ਚੁੱਕੇ ਨੇ, 400 ਬੰਦੇ ਦੀ ਜ਼ਮਾਨਤ ਜ਼ਬਤ ਹੋ ਚੁੱਕੀ ਹੈ। ਹਾਂ, ਪੰਜਾਬ ਦੇ ਵਿੱਚ ਜ਼ਰੂਰ 4 ਸੀਟਾਂ ਲੈ ਕੇ ਗਏ ਨੇ, ਅਤੇ ਉਹ ਬੜੀ ਵੱਖਰੀ ਜਿਹੀ ਗੱਲ ਹੈ, ਕਿਉਂਕਿ ਪੰਜਾਬ ਦੇ ਲੋਕ ਉਹ ਨੇ, ਚਾਹੇ ਕੋਈ ਐਮਰਜੈਂਸੀ ਹੋਵੇ ਉਹਦੇ ਖਿਲਾਫ, ਜਦੋਂ ਹਿੰਦੁਸਤਾਨ ਸਾਰਾ ਹੀ ਖੜ੍ਹਾ ਸੀ, ਤਾਂ ਪੰਜਾਬ ਇਕੱਲਾ ਉਸ ਜਗ੍ਹਾ 'ਤੇ ਖੜ੍ਹਾ ਜਿੱਥੇ ਹਿੰਦੁਸਤਾਨ ਕਦੇ ਨਹੀਂ ਖੜ੍ਹਿਆ। ਅਤੇ ਬੱਬੂ ਮਾਨ ਆਪਣੇ ਗੀਤਾਂ ਵਿੱਚ ਗੱਲ ਕਰਦਾ ਹੁੰਦਾ ਕਿ ਸਿਕੰਦਰ ਆ ਗਿਆ ਫੌਜ ਚੜ੍ਹ ਕੇ, ਅਤੇ ਜਦੋਂ ਪੰਜਾਬ 'ਚ ਵੜਿਆ ਤਾਂ ਅੱਗੇ ਜੱਟ ਪੋਸਟ ਟੱਕਰ ਗਿਆ। ਅਤੇ ਜਾਂ ਅਸੀਂ ਗੱਲਾਂ ਕਰਦੇ ਹਾਂ ਕਿ ਜਿਹੜਾ ਪੰਜਾਬ ਹੈ ਇਹ ਵਸਦਾ ਗੁਰਾਂ ਦੇ ਨਾਂ 'ਤੇ, ਗੁਰੂ ਸਾਹਿਬ ਨੇ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ, ਖੂਨ ਦੇ ਵਿੱਚ ਇੱਕ ਬਗਾਵਤੀ ਬੇਖੌਫ ਵਾਲੀ ਲਹਿਰ ਭਰੀ ਹੋਈ ਹੈ। ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਬਹੁਤੇ ਜਿਹੜੇ ਇਹ ਕਾਂਗਰਸ ਪੱਖੀ, CPI ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਆਈ ਅਤੇ ਵੱਖਰੇ ਜਿਹੇ ਲੋਕ ਹੈ ਜਿਹੜੇ ਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਧਰੋਹ ਕਰਦੇ ਆਏ ਨੇ। ਇਹ ਇਕੱਲੇ ਜਿਹੜੇ ਪੰਜਾਬੀ ਹਿੰਦੂ ਖੋਲਦੇ ਆ ਉਹ ਨਹੀਂ ਹੈ, ਜਿਨ੍ਹਾਂ ਨੇ ਉਹਨਾਂ ਦਾ ਖੁੱਲ੍ਹ ਕੇ ਕੀਤਾ ਕਿ ਉਹਨਾਂ ਨੇ ਲਿਖਿਆ ਕਿ ਅਸੀਂ ਪੰਜਾਬ ਦੇ ਪੰਜਾਬੀ ਨੂੰ ਨਹੀਂ ਮੰਨਦੇ, ਅਸੀਂ ਹਿੰਦੀ ਮੰਨਦੇ ਹਾਂ, ਉਹ ਨਹੀਂ ਹੈ। ਆ ਜਿਹੜਾ ਕਾਂਗਰਸ ਟੋਲਾ ਜਿਹੜਾ ਬਹੁਤਾ ਅੱਜ ਕਿਸੇ ਮਨਪ੍ਰੀਤ ਨਾਲ ਲੱਗਾ ਹੋਇਆ ਸੀ, ਹੁਣ ਕੇਜਰੀਵਾਲ ਦੇ ਮਗਰ ਤੁਰਿਆ ਹੋਇਆ, ਇਹ ਸਾਰੇ ਦੇ ਸਾਰੇ ਹੀ ਪੰਜਾਬ ਦੇ ਹਮੇਸ਼ਾ ਧਰੋਹ ਕਮਾਉਣ ਵਾਲੇ ਲੋਕ ਨੇ, ਕਿਉਂਕਿ ਇਹ ਤਾਂ ਆਪਣੇ ਦੇ ਸਕੇ ਨਹੀਂ ਹੈ। ਤੁਸੀਂ ਥੋੜ੍ਹਾ ਜਿਹਾ ਪਿਛਲੇ ਟਾਈਮ 'ਚ ਦੇਖੋ, ਜਦੋਂ ਪੰਜਾਬ ਦੇ ਵਿੱਚ ਇੱਕ ਨਕਸਲਾਈਟ ਲਹਿਰ ਚੱਲੀ ਸੀ, ਕਿਸ ਤਰ੍ਹਾਂ ਉਦੋਂ ਮੁੰਡਿਆਂ ਨੂੰ ਫੜ ਫੜ ਕੇ ਮਾਰਿਆ ਗਿਆ, ਕਿਸ ਤਰ੍ਹਾਂ ਉਹਨਾਂ ਦਾ ਖਾਤਮਾ ਕੀਤਾ ਉਸ ਲਹਿਰ ਦਾ, ਇਹ ਕਾਂਗਰਸ ਉਦੋਂ ਵੀ ਚੁੱਪ ਬੈਠੇ ਸੀ। ਇਹ ਇਹ ਹੈ ਹੀ ਧੋਖੇਬਾਜ਼, ਇਹ ਆਪਣੇ ਨਾਲ ਵੀ ਖੜ੍ਹਨ ਵਾਲੇ ਲੋਕ ਨਹੀਂ ਹੈ। ਦੂਸਰੇ ਪਾਸੇ ਜੇ ਦੇਖੀਏ ਹਿੰਦੁਸਤਾਨ ਦੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਅੱਜ ਨਕਸਲਾਈਟਾਂ ਨੂੰ ਕਿਸ ਤਰ੍ਹਾਂ ਮਾਰਿਆ ਜਾ ਰਿਹਾ, ਉਹਨਾਂ ਲਈ ਤਾਂ ਬੋਲਣ ਲਈ ਤਿਆਰ ਨਹੀਂ, ਕੇਜਰੀਵਾਲ ਦੇ ਅੱਗੇ ਪਿੱਛੇ ਭੱਜੇ ਤੁਰੇ ਫਿਰਦੇ ਆ। ਇਹ ਲੋਕ ਸਿਰਫ ਸੱਤਾ ਦੇ ਲਈ, ਪਾਵਰ ਦੇ ਲਈ ਔਰ ਪੰਜਾਬ ਦੇ ਖਿਲਾਫ, ਇਹਨਾਂ ਨੂੰ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਟਾਈਪ ਦਾ ਜਿਹੜਾ ਟੋਲਾ ਹੈ ਅੱਜ ਛੁੱਪ ਕੇ ਅੰਦਰ ਬੈਠਾ ਹੋਇਆ, ਕਿ ਕੇਜਰੀਵਾਲ ਵਾਸਤੇ ਅਗਰ ਵਾਕਈ ਉਸਦੇ ਮਨ ਦੇ ਵਿੱਚ ਇਹ ਹੈ ਗੱਲ ਕਿ ਮੈਂ ਹੱਕ ਸੱਚ ਦੀ ਗੱਲ ਕਰਨੀ ਹੈ, ਮੈਂ ਜਿਹਨਾਂ ਲੋਕਾਂ ਦੇ ਨਾਲ ਖੜ੍ਹਨਾ ਉਹਨਾਂ ਲੋਕਾਂ ਦੇ ਨਾਲ ਜਿਹਨਾਂ ਦੇ ਲਈ ਅੱਜ ਧੱਕਾ ਹੋ ਰਿਹਾ ਹਿੰਦੁਸਤਾਨ ਦੇ ਵਿੱਚ, ਜਿਸ ਤਰ੍ਹਾਂ ਹੁਣ ਕੇਜਰੀਵਾਲ ਦੇ ਨਾਲ ਵੀ ਹੋਇਆ। ਅੱਜ ਦੇਖਣ ਵਾਲੀ ਗੱਲ ਹੈ ਕਿ ਅੱਜ ਉਹ ਟੋਲਾ ਜਿਹਨਾਂ ਨੇ ਪਿਛਲੇ 30-35-40 ਸਾਲ ਤੋਂ ਅੱਖਾਂ ਮੀਚੀਆਂ ਹੋਈਆਂ ਸੀ, ਜਿਹੜੇ ਕਹਿੰਦੇ ਸੀ ਨਹੀਂ ਸਾਰਾ ਕੁਛ ਠੀਕ ਹੈ, ਜੁਡੀਸ਼ਰੀ ਵੀ ਠੀਕ ਹੈ, ਹੁਣ ਕੇਜਰੀਵਾਲ ਚੱਕ ਕੇ ਅੰਦਰ ਕੀਤਾ ਤਾਂ ਉਹਨਾਂ ਨੂੰ ਜੁਡੀਸ਼ਰੀ ਮਾੜੀ ਲੱਗਣ ਲੱਗ ਗਈ। ਗੱਲ ਦੇਖਣ ਵਾਲੀ, ਸੋਚਣ ਵਾਲੀ ਹੈ ਕਿ ਇਹ ਲੋਕ ਉਹੀ ਨੇ ਜਦੋਂ ਸਿੱਖਾਂ ਦੇ ਨਾਲ ਧੱਕਾ ਹੁੰਦਾ ਸੀ ਉਦੋਂ ਚੁੱਪ ਸੀ, ਅਤੇ ਅੱਜ ਕੀ ਹੋਇਆ, ਜੋ ਕੇਜਰੀਵਾਲ ਨੇ ਅੱਜ ਕੀਤਾ ਹੈ, ਜੋ ਕੇਜਰੀਵਾਲ ਨੇ ਅੱਜ ਸਟਾਰਟ ਕੀਤਾ, ਇਹ ਸਿੱਖ ਕੌਮ ਨੇ 1947 ਤੋਂ ਸਟਾਰਟ ਕੀਤਾ ਹੋਇਆ, ਇਸੇ ਤਰ੍ਹਾਂ ਹੀ ਐਜੀਟੇਸ਼ਨਾਂ ਕਰਕੇ, ਇਸੇ ਤਰ੍ਹਾਂ ਰੇਲ ਗੱਡੀਆਂ ਰੋਕ ਕੇ, ਇਸੇ ਤਰ੍ਹਾਂ ਹੀ ਮੋਰਚੇ ਲਾ ਲਾ ਕੇ ਇਸ ਹਿੰਦੁਸਤਾਨ ਨੂੰ ਦੱਸਿਆ ਸੀ ਕਿ ਸਾਡੇ ਜਿਹੜੇ ਹੱਕ ਆ ਸਾਨੂੰ ਦਿੱਤੇ ਜਾਣ, ਸਾਡਾ ਪਾਣੀ ਦਿੱਤਾ ਜਾਵੇ, ਸਾਡੀ ਕੈਪੀਟਲ ਸਾਨੂੰ ਦਿੱਤੀ ਜਾਵੇ, ਸਾਡੇ ਜਿਹੜੇ ਧਾਰਮਿਕ ਸਥਾਨ ਹੈ, ਜਿਸ ਤਰ੍ਹਾਂ ਤੁਸੀਂ ਆਪਣੇ ਪਵਿੱਤਰ ਦਿੱਤਾ ਹੋਇਆ ਉਹਨਾਂ ਨੂੰ ਦਰਜਾ, ਉਸ ਤਰ੍ਹਾਂ ਉਹਨਾਂ ਨੂੰ ਦਿੱਤਾ ਜਾਵੇ, ਸਾਰੀਆਂ ਜਿਹੜੀਆਂ ਕਿ ਜੈ ਜਿਹੜੇ ਹੱਕ ਸੀਗੇ ਜਿਸ ਤਰ੍ਹਾਂ ਬਾਕੀਆਂ ਨੂੰ ਦਿੱਤੇ ਆ, ਸਾਨੂੰ ਦਿੱਤੇ ਜਾਣ, ਇਸੇ ਤਰ੍ਹਾਂ ਹੀ ਸੀ। ਉਹ ਵੱਖਰੀ ਗੱਲ ਹੈ ਕਿ ਜਿਸ ਤਰ੍ਹਾਂ ਅੱਜ ਕੇਜਰੀਵਾਲ ਨੂੰ ਜੇਲ੍ਹ ਵਿੱਚ ਠੋਕਿਆ ਹੈ, ਇਸ ਤਰ੍ਹਾਂ ਅੱਜ ਤੋਂ 30-35-40 ਸਾਲ ਪਹਿਲਾਂ ਸਿੱਖਾਂ ਨੂੰ ਵੀ ਜੇਲ੍ਹ ਵਿੱਚ ਠੋਕਿਆ ਸੀ, ਉਹ ਅੱਜ ਉਹ ਲਹਿਰ ਅੱਜ ਇਸ ਜਗ੍ਹਾ 'ਤੇ ਪਹੁੰਚ ਗਈ ਹੈ ਕਿ ਖਾਲਿਸਤਾਨ ਦੇ ਐਲਾਨਨਾਮੇ ਦੇ ਉੱਪਰ, ਖਾਲਿਸਤਾਨ ਦੇ ਪ੍ਰੋਮਿਸ ਦੇ ਉੱਪਰ। ਪਰ ਉਹ ਲੋਕ ਜਿਹੜੇ ਅੱਜ 40-45 ਸਾਲ ਪਹਿਲਾਂ ਵਾਲੀ ਗੱਲ ਨੂੰ ਭੁੱਲ ਕੇ ਅੱਜ ਸਟਾਰਟ ਕਰਨਾ ਚਾਹੁੰਦੇ ਨੇ, ਜਾਂ ਤਾਂ ਉਹ ਬੇਵਕੂਫ ਨੇ, ਜਾਂ ਉਹਨਾਂ ਨੂੰ ਪਤਾ ਕੋਈ ਨਹੀਂ ਹੈ, ਜਾਂ ਉਹ ਜਾਣ ਬੁੱਝ ਕੇ ਇਹ ਐਂਟੀ ਸਿੱਖ
ਐਂਟੀ ਪੰਜਾਬ ਐਂਟੀ ਪੰਜਾਬੀ ਹੋ ਸਕਦੇ ਨੇ, ਚਾਹੇ ਉਹ ਕੋਈ ਕਾਮਰੇਡ ਹੋਵੇ, ਲਾਲ ਲੀਰ ਵਾਲਾ ਹੋਵੇ, ਹਰੀ ਵਾਲਾ ਹੋਵੇ, ਕਿਸ ਤਰ੍ਹਾਂ ਦੀ ਵਾਲਾ ਵੀ ਹੋਵੇ। ਔਰ ਅਗਰ ਅੱਜ ਕੇਜਰੀਵਾਲ ਨੂੰ ਜਿਸ ਤਰ੍ਹਾਂ ਜੇਲ੍ਹ ਵਿੱਚ ਦਿੱਤਾ ਗਿਆ, ਅੱਜ ਤੋਂ 35-40 ਸਾਲ ਤੱਕ ਇਸ ਦਾ ਜੋ ਪੰਜਾਬ ਦੇ ਨਾਲ ਹੋਇਆ, ਜਿਸ ਤਰ੍ਹਾਂ ਉੱਥੇ 25,000 ਲਵਾਰਸ਼ ਲਾਸ਼ਾਂ ਕਹਿ ਕੇ ਮਾਰ ਦਿੱਤਾ ਗਿਆ, ਸਪੋਜ਼ ਕਰੋ ਕਿ ਇਹੋ ਜਿਹਾ ਕੁਛ ਨਾ ਹੋਵੇ ਹਿੰਦੁਸਤਾਨ ਦੇ ਵਿੱਚ। ਅਗਰ ਹਿੰਦੁਸਤਾਨ ਔਰ ਜੁਡੀਸ਼ਰੀ ਜਿਸ ਤਰ੍ਹਾਂ ਉਹਨੇ ਸਟਾਰਟਿੰਗ ਕੀਤੀ ਹੈ ਗੱਲ, ਉਹ ਆਮ ਆਦਮੀ ਪਾਰਟੀ ਦੇ 25-25,000 ਲੋਕਾਂ ਨੂੰ ਲਵਾਰਸ਼ ਲਾਸ਼ਾਂ ਕਹਿ ਕੇ ਸਾੜ ਦੇਵੇ, ਇਹਨਾਂ ਦੇ ਪੁਲਿਸ ਮੁਕਾਬਲੇ ਬਣਾ ਬਣਾ ਕੇ ਉੱਥੇ ਪੇਸ਼ ਕਰੇ ਕਿ ਇੰਨੇ ਮਾਰ ਦਿੱਤੇ ਜੀ, ਅੱਜ ਆਮ ਆਦਮੀ ਪਾਰਟੀ ਦੇ 3 ਜਾ ਰਹੇ ਸੀ ਸਕੂਟਰ ਤੇ, 2 ਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ, 2 ਮਾਰਤੇ, 1 ਭੱਜ ਗਿਆ, ਉਹਦੀ ਲੱਤ ਵੜਤੀ, ਫਲਾਣੇ ਦਾ ਇਹ ਹੋ ਗਿਆ, ਜਿਹੜੇ ਬਾਹਰੋਂ ਬਾਹਰ ਬੈਠੇ ਨੇ ਇਹਨਾਂ ਦੇ, ਜਿਹੜੇ ਇੱਥੇ ਇੱਥੇ ਰੌਲਾ ਪਾਇਆ ਸੀ ਉਹਨਾਂ ਨੂੰ ਸਾਰਿਆਂ ਨੂੰ ਬਲੈਕਲਿਸਟਾਂ 'ਚ ਪਾੜਿਆ ਹੋਵੇ, ਉਹ ਉੱਥੇ ਨਾ ਆਪਣੀ ਭੂਆ ਨੂੰ ਮਿਲਣ ਜੋਗੇ ਅਤੇ ਨਾ ਫੁੱਫੜ ਨੂੰ ਮਿਲਣ ਜੋਗੇ, ਅਤੇ ਫਿਰ ਇਹਨਾਂ ਕੋਲ ਕੀ ਚੋਇਸ ਰਹਿ ਜਾਊਗੀ? ਇਹ ਫਿਰ ਵੀ ਕਹਿਣਗੇ ਕਿ ਅਸੀਂ ਇੱਥੇ ਹੀ ਇਲੈਕਸ਼ਨ ਕਰਾਉਣੇ ਆ ਅਤੇ ਇਹ ਕਰਾਂਗੇ ਅਤੇ ਉਹ ਕਰਾਂਗੇ, ਅਤੇ ਫਿਰ ਇਹਨਾਂ ਦੇ ਦਿਮਾਗ 'ਚ ਉਹੀ ਗੱਲ ਆਊਗੀ ਜੋ ਸਿੱਖ ਕੌਮ ਦੇ ਦਿਮਾਗ ਵਿੱਚ ਆਈ ਹੈ, ਜੋ 50-60 ਸਾਲ ਤੋਂ ਹਿੰਦੁਸਤਾਨ ਦੇ ਅੱਤਿਆਚਾਰ ਦਾ, ਜ਼ੁਲਮ ਦਾ ਜਿਹੜਾ ਆਪਣੇ ਉੱਪਰ ਹੰਢਾ ਰਹੇ ਨੇ ਇਹਨਾਂ ਦਾ ਸਿਸਟਮ। ਔਰ ਅਸੀਂ ਇੱਕ ਮਿਸਟਰ ਕੇਜਰੀਵਾਲ ਦੇ ਹੱਕ ਵਿੱਚ, ਸਪੋਰਟ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਸਾਰੇ ਹੀ ਲੋਕਾਂ ਨੂੰ, ਚਾਹੇ ਸਾਡੀ ਵਿਚਾਰਧਾਰਾ ਕਿਸੇ ਵੀ ਤਰ੍ਹਾਂ ਦੀ ਹੋਵੇ, ਕਿਸੇ ਵੀ ਧਰਮ ਨੂੰ ਅਸੀਂ ਬਿਲੋਂਗ ਕਰਦੇ ਹੋਈਏ, ਪਰ ਉਹ ਇੱਕ ਚੰਗਾ ਬੰਦਾ ਸੀ, ਗੁੱਡ ਲੀਡਰ ਸੀ, ਉਹਦੀ ਸੋਚ ਚੰਗੀ ਸੀ, ਪਰ ਉਹ ਚੱਲਣੀ ਨਹੀਂ ਹੈ ਉੱਥੇ, ਨਾ ਹੀ ਚੱਲੀ ਹੈ, ਅਸੀਂ ਪਹਿਲਾਂ ਵੀ ਕਿਹਾ ਸੀ ਨਹੀਂ ਚੱਲਣੀ, ਪਰ ਉਸ ਦੇ ਨਾਲ ਖੜਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਜੋ ਅਸੀਂ ਕਿਹਾ ਹੈ, ਜੋ ਸਿੱਖਾਂ ਨਾਲ ਹੋਇਆ ਇਹ ਤੁਹਾਡੇ ਵੱਲ ਨਾਲ ਨਾ ਹੋਵੇ। ਅਸੀਂ ਇੱਕ ਨਵੀਂ ਇੱਕ ਵੀਡੀਓ ਸਪੈਸ਼ਲ ਲੈ ਕੇ ਆਵਾਂਗੇ ਅਤੇ ਫਿਰ ਉਸ ਦੇ ਉੱਪਰ ਅਸੀਂ ਦੇਖਾਂਗੇ ਕਿ ਸਾਰੇ ਆਪਾਂ ਇਕੱਠੇ ਹੋ ਕੇ ਕਿਸ ਤਰ੍ਹਾਂ ਕਰਦੇ ਹਾਂ। ਪਰ ਅੱਜ ਅਸੀਂ ਜਿਹੜੀ ਅੱਜ ਦੀ ਵੀਡੀਓ ਇਲੈਕਸ਼ਨ ਦੇ ਬਾਰੇ ਜਿਹੜੀ ਦੱਸੀ ਹੈ, ਅਸੀਂ ਇਹੀ ਗੱਲਾਂ ਕਲੀਅਰ ਕਰਨਾ ਚਾਹੁੰਦੇ ਸੀ ਕਿ ਜੋ ਅਸੀਂ ਦੱਸੀਆਂ ਸੀ ਉਹ ਬਿਲਕੁਲ ਸਾਬਤ ਹੋਈਆਂ, ਸੱਚੀਆਂ ਸਾਬਤ ਹੋਈਆਂ, ਹੁਣ ਅੱਗੇ ਨੂੰ ਵੀ ਸੱਚੀਆਂ ਸਾਬਤ ਹੋਣਗੀਆਂ। ਪਰ ਜਿਹੜੇ ਲੋਕ ਸਾਨੂੰ ਬੋਲਣ ਤੋਂ ਰੋਕਦੇ ਸੀ, ਸਾਨੂੰ ਗੱਲਾਂ ਕਹਿਣ ਤੋਂ ਰੋਕਦੇ ਸੀ, ਜਾਂ ਇਹ ਸੱਚੀਆਂ ਗੱਲਾਂ ਕਰਨ ਤੋਂ ਬਾਅਦ ਕਿ ਇਹ ਫਲਾਣੇ ਦਾ ਵਿਰੋਧੀ ਹੈ, ਇਹ ਫਲਾਣੇ ਦੇ ਸਪੋਰਟ ਵਿੱਚ ਹੈ, ਇਹ ਕੁਛ ਕਰਦੇ ਸੀ, ਉਹਨਾਂ ਦੇ ਮੂੰਹ ਦੇ ਉੱਪਰ ਮੇਰਾ ਖਰਾ ਬਹੁਤ ਵੱਡੀ ਚਪੇੜ ਹੋਊਗੀ। ਔਰ ਅੱਜ ਜਿਸ ਤਰ੍ਹਾਂ ਗੱਲਾਂ ਬਾਤਾਂ ਹੋ ਰਹੀਆਂ ਕਿ ਹਰ ਤੀਸਰਾ ਮੈਂਬਰ ਪਾਰਲੀਮੈਂਟ ਜਿਹੜਾ ਉੱਥੇ ਕ੍ਰਿਮੀਨਲ ਆ ਹਿੰਦੁਸਤਾਨ ਦੇ ਵਿੱਚ, ਇਹ ਕੋਈ ਪਹਿਲੀ ਵਾਰ ਨਹੀਂ ਹੈ, ਪਿਛਲੀਆਂ ਇਲੈਕਸ਼ਨਾਂ 'ਚ ਜਿਹੜੀਆਂ ਪਿਛਲੇ ਗੌਰਮੈਂਟ ਸੀ ਉਹਦੇ ਵਿੱਚ ਵੀ ਇਹੋ ਜਿਹੇ ਸੀ, ਜਾਂ ਉਹ ਵੱਖਰੀ ਗੱਲ ਹੈ ਕਿ ਜਦੋਂ ਹੁਣ ਆਪ ਹਾਰ ਗਏ ਹੈ, 400 ਜਮਾਨਤ ਜ਼ਬਤ ਹੋ ਗਈ ਤਾਂ ਇਹ ਦੱਸਣ ਲੱਗ ਗਿਆ, ਅਤੇ ਜਦੋਂ ਜਗਦੀਸ਼ ਟਾਇਟਲਰ ਵਰਗੇ, ਐਚ ਕੇ ਐਲ ਭਗਤ ਵਰਗੇ ਉਹ ਮਿਨਿਸਟਰ ਬਣੇ ਹੋਏ ਸੀ ਸਿੱਖਾਂ ਦੇ ਕਾਤਲ, ਅਤੇ ਉਦੋਂ ਸਾਨੂੰ ਲੱਗਦਾ ਸੀ ਜੀ ਕੋਈ ਗੱਲ ਨਹੀਂ, ਜੁਡੀਸ਼ਰੀ ਠੀਕ ਹੈ, ਬੀਜੇਪੀ ਨੂੰ ਬਦਲ ਲਾਂਗੇ, ਕਾਂਗਰਸ ਨੂੰ ਬਦਲ ਲਾਂਗੇ, ਆਮ ਆਦਮੀ ਆਜੂ, ਫਲਾਨੀ ਪਾਰਟੀ ਆਜੂ, ਸਾਰਾ ਕੁਛ ਠੀਕ ਹੋ ਜੂਗਾ। ਪਰ ਉੱਥੇ ਨਾ ਕੁਛ ਠੀਕ ਹੈ, ਨਾ ਠੀਕ ਹੋਇਆ, ਅਤੇ ਨਾ ਹੀ ਠੀਕ ਹੋਣ ਦੀ ਕੋਈ ਆਸ ਹੈ। ਇਹ ਸਾਨੂੰ ਦਿਮਾਗ 'ਚੋਂ ਕੱਢ ਦੇਣੀਆਂ ਚਾਹੀਦੀਆਂ, ਉੱਥੇ ਖਾਸ ਆਦਮੀ ਆ ਜੇ, ਉੱਥੇ ਆਮ ਆਦਮੀ ਆ ਜੇ। ਹਿੰਦੁਸਤਾਨ ਦੇ ਹਿੰਦੂ ਨੇ ਜੋ 60-65% ਹੈ, ਉਸਨੇ ਇਕੱਲੀ ਇਕੱਲੀ ਵੋਟ ਇਸ ਬੀਜੇਪੀ ਨੂੰ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਉਸ ਪਾਰਟੀ ਦੇ ਨਾਲ, ਉਸ ਬੰਦੇ ਦੇ ਨਾਲ, ਉਹਨਾਂ ਲੋਕਾਂ ਦੇ ਨਾਲ, ਉਹਨਾਂ ਗਰੁੱਪ ਦੇ ਨਾਲ ਖੜੇ ਨੇ ਜਿਹੜਾ ਸਿਰਫ ਹਿੰਦੂਆਂ ਦੀ ਗੱਲ ਕਰਦਾ ਔਰ ਮਿਨੋਰਟੀ ਨੂੰ ਕਤਲ ਕਰਦਾ। ਤੁਸੀਂ 1984 ਦੇ ਟਾਈਮ ਦੇਖੋ ਤਾਂ ਜਦੋਂ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਐਸੇ ਹੀ ਤਾਦਾਦ ਵਿੱਚ ਵੋਟਾਂ ਪਾ ਕੇ ਇਹਨਾਂ ਹੀ ਬਹੁ ਗਿਣਤੀ ਵਾਲਿਆਂ ਨੇ ਕਾਂਗਰਸ ਨੂੰ ਜਿਤਾਇਆ। ਔਰ ਹੁਣ ਅਗਰ ਮੁਸਲਮਾਨਾਂ ਦਾ ਕਤਲੇਆਮ ਸਮਝੌਤਾ ਐਕਸਪ੍ਰੈਸ 'ਚ ਹੁੰਦਾ ਹੈ, ਮਾਲਗਾਓਂ ਬੰਬ ਧਮਾਕੇ 'ਚ ਹੁੰਦਾ ਹੈ, ਗੁਜਰਾਤ ਦੇ ਵਿੱਚ ਹੋ ਰਿਹਾ ਹੈ, ਔਰ ਵੱਖ ਵੱਖ ਥਾਵਾਂ 'ਤੇ ਹੋ ਰਿਹਾ, ਔਰ ਸ਼ਰੇਆਮ ਇਹ ਮੋਦੀ ਕਿਸ ਤਰ੍ਹਾਂ ਬੇਨਤੀ ਕਰਦਾ ਮਿਨੋਰਟੀ ਦੀ, ਔਰ ਇਹਦੇ ਉੱਪਰ ਕਤਲੇਆਮ ਦੇ ਇਲਜ਼ਾਮ ਲੱਗਦੇ ਨੇ, ਅਤੇ ਤੁਸੀਂ ਦੇਖੋ ਇਸਦੀ ਆਪਣੀ ਸਟੇਟ ਗੁਜਰਾਤ ਦੇ ਵਿੱਚ 26 ਦੀਆਂ 26 ਸੀਟਾਂ ਲੈ ਜਾਂਦਾ, ਔਰ ਉਹਦੀ ਸਪੀਚ ਸੁਣੋ ਕਿਸ ਤਰ੍ਹਾਂ ਉਹ ਰਿਐਕਟ ਕਰ ਰਿਹਾ, ਉਸ ਤੋਂ ਬਾਅਦ ਗੁੰਡਾਗਰਦੀ ਦੀ ਤਰ੍ਹਾਂ। ਅਤੇ ਇੱਕ ਜਿਹੜਾ ਉਹਦੇ ਇਲੈਕਸ਼ਨ ਤੋਂ ਪਹਿਲਾਂ ਉਹਨੇ ਟਵੀਟ ਕੀਤਾ ਕਿ ਅੱਛੇ ਦਿਨ ਆਉਣੇ ਵਾਲੇ ਹੈ, ਔਰ ਆਪਣੀਆਂ ਜਿਹੜੀਆਂ ਪਹਿਲੀਆਂ 2-3 ਸਪੀਚਾਂ ਉਹਨਾਂ ਵਿੱਚ ਵੀ ਇਹ ਗੱਲ ਨੂੰ ਵਾਰ ਵਾਰ ਕਰਦਾ ਕਿ ਅੱਛੇ ਦਿਨ ਆਉਣੇ ਵਾਲੇ ਆ। ਇਹਨੂੰ ਜਿਸ ਤਰ੍ਹਾਂ ਲੋਕ ਇੱਥੇ ਬਣਾ ਬਣਾ ਕੇ ਲਿਖੀ ਹੈ, ਇਹਨੂੰ ਮਖੌਲ ਜਾ ਨਾ ਸਮਝੋ, ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ। ਅੱਛੇ ਦਿਨ ਕਿਸੇ ਟਾਈਮ ਕਾਂਗਰਸ ਪਾਰਟੀ ਦੇ ਆਏ ਸੀ ਜਦੋਂ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਹੁਣ ਅੱਛੇ ਦਿਨ ਬੀਜੇਪੀ ਦੇ ਆਏ ਜਦੋਂ ਉਹਨਾਂ ਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ, ਇਹ ਪਾਵਰ ਵਿੱਚ ਆ ਗਏ ਨੇ, ਅਤੇ ਹੁਣ ਅੱਗੇ ਦੇਖੋ ਪਤਾ ਨਹੀਂ ਕ੍ਰਿਸਚੀਅਨ ਦਾ ਨੰਬਰ ਲੱਗੂਗਾ ਕਿ ਜਾਂ ਸਿੱਖਾਂ ਮੁਸਲਮਾਨਾਂ ਔਰ ਕ੍ਰਿਸਚੀਅਨ ਸਾਰਿਆਂ ਦਾ ਲੱਗੂਗਾ ਇਹਨਾਂ ਨੂੰ ਅੱਛੇ ਦਿਨ ਲੈ ਕੇ ਆਉਣ ਦੇ ਲਈ। ਇਹ ਬਹੁਤ ਹੀ ਡੇਂਜਰ ਹੈ ਜਿਹੜੇ ਅੱਛੇ ਦਿਨਾਂ ਦੀ ਗੱਲ ਕਰਦੇ ਨੇ। ਔਰ ਤੁਸੀਂ ਇੱਕ ਤੁਹਾਨੂੰ ਮੀਡੀਆ ਦੇ ਬਾਰੇ ਜ਼ਰੂਰ ਤੁਹਾਨੂੰ ਖਿਆਲ ਰੱਖਣਾ ਪਊਗਾ ਕਿ ਮੀਡੀਆ ਹੁਣ ਥੋੜ੍ਹੇ ਹੀ ਦਿਨਾਂ ਤੋਂ ਕਿਸ ਤਰ੍ਹਾਂ ਮੋਦੀ ਦੇ ਪੱਖ ਵਿੱਚ ਗੱਲਾਂ ਬਾਤਾਂ ਕਰਨ ਲੱਗ ਪਿਆ ਹੈ। ਇਸ ਕੁਛ ਟਾਈਮ ਪਹਿਲਾਂ ਜਿਹੜਾ ਮੀਡੀਆ ਉਨਾ ਉਸਦੇ ਹੱਕ ਵਿੱਚ ਨਹੀਂ ਸੀ, ਇਹਦੇ ਪਿੱਛੇ ਸਾਨੂੰ ਸਮਝਣ ਔਰ ਸੋਚਣ ਦੀ ਲੋੜ ਹੈ, ਕਿਉਂਕਿ ਇਹ ਸਾਰਾ ਵਕਾਊ ਮਹਿਕਮਾ ਥੋੜ੍ਹੇ ਥੋੜ੍ਹੇ ਪੈਸੇ ਨਾਲ ਵਿਕਣ ਵਾਲਾ, ਇਹਦੇ ਬਾਰੇ ਵੀ ਗੱਲਬਾਤ ਲੈ ਕੇ ਆਵਾਂਗੇ। ਔਰ ਅੱਜ ਹਿੰਦੁਸਤਾਨ ਦੀ ਜਿਹੜੀ
ਹਿੰਦੂਤਵੀ ਏਜੰਡਾ ਹੈ ਉਹ ਪੂਰੀ ਤਰ੍ਹਾਂ ਵਰਲਡ ਦੇ ਸਾਹਮਣੇ ਖੁੱਲ੍ਹ ਕੇ ਆ ਚੁੱਕਾ ਹੈ ਔਰ ਹਿੰਦੁਸਤਾਨ ਦੇ ਅੰਦਰ ਰਹਿ ਰਹੀਆਂ ਜਿੰਨੀਆਂ ਵੀ ਘੱਟ ਗਿਣਤੀਆਂ ਹੈ ਚਾਹੇ ਉਹ ਮੁਸਲਮਾਨ ਹੋਣ ਕ੍ਰਿਸਚੀਅਨ ਹੋਣ ਸਿੱਖ ਹੋਣ ਦਲਿਤ ਹੋਣ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਾਇਆਵਤੀ ਇੱਕ ਪਾਵਰਫੁੱਲ ਲੀਡਰ ਜਿਹਦੀ ਕਿ ਇੱਕ ਪਾਰਟੀ ਵੀ ਬੜੀ ਪਾਵਰਫੁੱਲ ਸੀ ਔਰ ਸਮਾਜਵਾਦੀ ਪਾਰਟੀ ਮੁਲਾਇਮ ਸਿੰਘ ਯਾਦਵ ਜਿਹੜੇ ਕਿ ਮੁਸਲਮਾਨਾਂ ਨੂੰ ਦਲਿਤਾਂ ਨੂੰ ਬਿਲੋਂਗ ਕਰਦੇ ਸੀ ਉਹਨਾਂ ਦਾ ਕਿਸ ਤਰ੍ਹਾਂ ਸਫਾਇਆ ਕਰ ਦਿੱਤਾ ਗਿਆ ਇਸ ਦੇ ਪਿੱਛੇ ਬਹੁਤ ਵੱਡੀਆਂ ਸਿਆਸੀਆਂ ਨੇ ਇਸ ਤੋਂ ਇਕੱਲੀਆਂ ਮਸ਼ੀਨਾਂ ਇਸ ਤਰ੍ਹਾਂ ਨਹੀਂ ਘੁੰਮ ਜਾਂਦੀਆਂ ਮਸ਼ੀਨਾਂ ਘੁਮਾਉਣ ਵਾਲੇ ਵੀ ਚਾਹੀਦੇ ਨੇ ਮਸ਼ੀਨਾਂ ਕੋਲ ਜਿਹੜੇ ਬੈਠੇ ਨੇ ਉਹ ਵੀ ਇਹਨਾਂ ਦੇ ਆਪਣੇ ਬੰਦੇ ਨੇ ਤੇ ਹੁਣ ਅੱਗੇ ਨੂੰ ਇਹ ਦਿਮਾਗ ਚੋਂ ਕੱਢ ਦਿਓ ਕਿ ਅਸੀਂ ਆਉਣ ਵਾਲੇ ਇਲੈਕਸ਼ਨ 'ਚ ਇਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਜਿਹੜੀ ਬੀਜੇਪੀ ਥੋੜੇ ਟਾਈਮ ਲਈ ਗੌਰਮੈਂਟ 'ਚ ਆਈ ਸੀ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬੰਦੇ ਜਿਹੜੇ ਫਿੱਟ ਕਰ ਗਈ ਸੀ ਉਹਨਾਂ ਬੰਦਿਆਂ ਨੇ ਹੁਣ ਜੋ ਕ੍ਰਿਸ਼ਮਾ ਦਿਖਾਇਆ ਹੁਣ ਜਿਸ ਤਰ੍ਹਾਂ ਬੜੀ ਵੱਡੀ ਪਾਵਰ ਵਿੱਚ ਨੇ ਪਾਵਰਫੁੱਲ ਗੌਰਮੈਂਟ ਹੈ ਪੰਜ ਸਾਲਾਂ ਚਾਰ ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨੇ ਬੰਦੇ ਫਿੱਟ ਕਰਨੇ ਨੇ ਮੇਰਾ ਖਿਆਲ ਪਹਿਲੇ 2 ਸਾਲਾਂ ਦੇ ਵਿੱਚ ਹੀ ਫਿੱਟ ਕਰ ਦੇਣੇ ਨੇ ਤੇ ਹੁਣ ਤੁਸੀਂ ਭੁੱਲ ਜਾਓ ਕਿ ਦੁਬਾਰਾ ਇਹ ਭਾਰਤ ਮਾਤਾ ਜਿਹੜੀ ਜੈ ਕਹਿ ਲਿਓ ਤੇ ਚਾਹੇ ਕੁਛ ਕਹਿ ਲਿਓ ਕਿ ਤੁਹਾਨੂੰ ਕੁਛ ਉੱਥੇ ਮਿਲਣ ਵਾਲਾ ਹੁਣ ਇੱਕੋ ਇੱਕ ਰਾਹ ਹੈ ਸਾਰੀਆਂ ਮਿਨੋਰਟੀਜ਼ ਵਾਸਤੇ ਕਿ ਉਹ ਇਹ ਹਿੰਦੂ ਤਵੀ ਜਿਹੜਾ ਇਹ ਸਟੇਟ ਹੈ ਜੋ ਇਹ ਹਿੰਦੂ ਕਿੰਗਡਮ ਹੈ ਹਿੰਦੁਸਤਾਨ ਇਸ ਦੇ ਕੋਲੋਂ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੇ ਲਈ ਧਾਰਮਿਕ ਤੌਰ ਤੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਨੇ ਕੋਈ ਧਰਮ ਨੂੰ ਨਾ ਵੀ ਮੰਨਣ ਵਾਲਾ ਹੋ ਸਕਦਾ ਹੈ ਔਰ ਪੋਲੀਟੀਕਲੀ ਵੀ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਨੇ ਪਰ ਆਪਣੇ ਆਪ ਨੂੰ ਬਚਾਉਣ ਦੇ ਲਈ ਮਿਨੋਰਟੀ ਨੂੰ ਬਚਾਉਣ ਦੇ ਲਈ ਸਾਨੂੰ ਇਸ ਹਿੰਦੂ ਕਿੰਗਡਮ ਦੇ ਜਾਲ ਚੋਂ ਨਿਕਲਣ ਦੇ ਲਈ ਸੋਚਣਾ ਤਿਆਰ ਕਰ ਦੇਣਾ ਚਾਹੀਦਾ ਹੈ ਅੱਜ ਦੀਆਂ ਇਲੈਕਸ਼ਨਾਂ ਲੁਕਸ਼ਾਂ ਜਿਹਨਾਂ ਵਿੱਚ ਅਸੀਂ ਫਸੇ ਹਾਂ ਇਹਨਾਂ ਨੂੰ ਦਿਮਾਗ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।